ਵੈਲਕਮ ਟੂ ਮਾਈ ਚੈਨਲ। ਅੱਜ ਅਸੀਂ ਤੁਹਾਨੂੰ ਕੱਚੀਆਂ ਅੰਬੀਆਂ ਦਾ ਅਚਾਰ ਦੱਸਾਂਗੇ ਕਿਵੇਂ ਪਾਉਂਦੇ ਹਾਂ, ਕਿਉਂਕਿ ਅੱਜ ਕੱਲ੍ਹ ਸੀਜ਼ਨ ਹੈਗਾ ਆ ਕੱਚੀਆਂ ਅੰਬੀਆਂ ਦਾ, ਅਤੇ ਤੁਸੀਂ ਜ਼ਰੂਰ ਲਿਆ ਕੇ ਇਹਨੂੰ ਅਚਾਰ ਨੂੰ ਤੁਸੀਂ ਪਾ ਸਕਦੇ ਹਾਂ। ਇਹ ਬਹੁਤ ਜਲਦੀ ਪੈਂਦਾ ਆ, ਘਰ ਵਿੱਚ ਗੈਸਟ ਆਏ ਹੋਣ, ਘਰ ਵਿੱਚ ਕੋਈ ਅਚਾਰ ਨਾ ਹੋਵੇ ਤਾਂ ਤੁਸੀਂ ਇਹ ਅਚਾਰ ਜਿਹੜਾ ਆ ਮਿੰਟਾਂ ਸਕਿੰਟਾਂ ਵਿੱਚ ਤਿਆਰ ਕਰ ਸਕਦੇ ਹਾਂ। ਹੁਣ ਕੱਚੀਆਂ ਅੰਬੀਆਂ ਦਾ ਅਚਾਰ ਅਸੀਂ ਕਿਵੇਂ ਪਾਉਣਾ ਆ, ਆਓ ਤੁਹਾਨੂੰ ਦਿਖਾਈਏ। ਸਭ ਤੋਂ ਪਹਿਲਾਂ ਅਸੀਂ ਅੰਬੀਆਂ ਨੂੰ ਲੈ ਕੇ ਪਾਣੀ ਵਿੱਚ ਅੱਛੀ ਤਰ੍ਹਾਂ ਰਨਿੰਗ ਵਾਟਰ ਦੇ ਵਿੱਚ ਅਸੀਂ ਧੋ ਲਵਾਂਗੇ, ਤਾਂ ਕਿ ਜਿਹੜੀਆਂ ਅੰਬੀਆਂ ਬਿਲਕੁਲ ਸਾਫ਼ ਹੋ ਸਕਣ, ਬਿਲਕੁਲ ਵੀ ਇਹਦੇ ਨਾਲ ਕੋਈ ਵੀ ਮਿੱਟੀ ਜਾਂ ਕੋਈ ਹੋਰ ਗੰਦੀ ਚੀਜ਼ ਨਹੀਂ ਲੱਗਣੀ ਚਾਹੀਦੀ। ਹਾਂਜੀ, ਮੈਂ 3 ਅੰਬੀਆਂ ਲਈਆਂ ਆ, ਇਹਨਾਂ ਨੂੰ ਅੱਛੀ ਤਰ੍ਹਾਂ ਧੋ ਕੇ ਥੋੜ੍ਹਾ ਜਿਹਾ ਹਵਾ 'ਚ ਸੁਕਾ ਲਿਆ ਸੀ, ਤਾਂ ਕਿ ਇਹਦੇ ਉੱਤੇ ਕੋਈ ਵੀ ਪਾਣੀ ਦਾ ਜਿਹੜਾ ਆ ਇੱਕ ਵੀ ਬੂੰਦ ਨਹੀਂ ਰਹਿਣੀ ਚਾਹੀਦੀ, ਫਿਰ ਸਾਡਾ ਅਚਾਰ ਜਿਹੜਾ ਖਰਾਬ ਹੋ ਸਕਦਾ ਆ। ਹੁਣ ਆਓ ਦੇਖੀਏ ਆਪਾਂ ਇਹਨੂੰ ਕਿਵੇਂ ਤਿਆਰ ਕਰਦੇ ਹਾਂ। ਹਾਂਜੀ, ਅਸੀਂ ਇਸ ਤਰ੍ਹਾਂ ਇੱਕ ਬਰਤਨ ਲੈ ਲੈਣਾ ਆ, ਉਹਦੇ ਵਿੱਚ ਅਸੀਂ ਅਲੱਗ ਤੋਂ ਇਹ ਅੰਬੀਆਂ ਨੂੰ ਕੱਟ ਲਾਂਗੇ, ਵਿੱਚੋਂ ਇੱਕ ਜਿਹੜੀ ਗਿਟਕ ਜਿਹੜੀ ਹੈ ਕੱਢ ਦੇਵਾਂਗੇ ਅਸੀਂ। ਇਸ ਤਰ੍ਹਾਂ ਛੋਟੇ ਛੋਟੇ ਪੀਸ ਅਸੀਂ ਕਰ ਲਵਾਂਗੇ, ਛਿੱਲ ਅਸੀਂ ਜਿਹੜੀ ਹੈ ਵਿੱਚ ਹੀ ਰੱਖਣੀ ਆ। ਇਹਦਾ ਅਚਾਰ ਜਿਹੜਾ ਆ ਬਹੁਤ ਜ਼ਿਆਦਾ ਟੇਸਟੀ ਬਣਦਾ, ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ, ਨਾਲੇ ਬਹੁਤ ਜਲਦੀ ਬਣਦਾ ਆ। ਅੰਬੀਆਂ ਦਾ ਸੀਜ਼ਨ ਹੁੰਦਾ ਆ ਅਤੇ ਅਸੀਂ ਜਿਹੜਾ ਅਚਾਰ ਅੰਬੀਆਂ ਦਾ ਜਿਹੜਾ ਆ ਟਰਾਈ ਕਰਕੇ ਅਸੀਂ ਖਾ ਸਕਦੇ ਹਾਂ। ਤੁਸੀਂ ਵੀ ਇਸ ਤਰ੍ਹਾਂ ਜਲਦੀ ਬਣਨ ਵਾਲਾ ਜਿਹੜਾ ਅੰਬੀਆਂ ਤੋਂ ਅਚਾਰ ਜਿਹੜਾ ਆ ਉਹਨੂੰ ਬਣਾ ਕੇ ਟਰਾਈ ਕਰੋ, ਬਾਕੀਆਂ ਨਾਲ ਵੀ ਸ਼ੇਅਰ ਕਰੋ, ਤਾਂ ਕਿ ਅਚਾਰ ਦੀ ਜਿਹੜੀ ਰੈਸਪੀ ਆ ਉਹ ਵੀ ਬਣਾ ਕੇ ਟਰਾਈ ਕਰਨ। ਹਾਂਜੀ, ਦੇਖੋ ਇਸ ਤਰ੍ਹਾਂ ਆਪਾਂ ਕੱਟ ਕੇ ਜਿਹੜੀਆਂ ਅੰਬੀਆਂ ਤਿਆਰ ਕਰ ਲਈਆਂ ਆ। ਹੁਣ ਅਸੀਂ ਇਹਦੇ ਵਿੱਚ ਹਾਫ ਚਮਚ ਅਸੀਂ ਇਹਦੇ ਵਿੱਚ ਹਲਦੀ ਪਾ ਲਾਂਗੇ, ਹਾਫ ਚਮਚ ਹੀ ਅਸੀਂ ਰੈੱਡ ਚਿੱਲੀ ਪਾਊਡਰ ਪਾ ਲਾਂਗੇ, ਨਮਕ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਆ ਥੋੜ੍ਹਾ ਪਾਉਣਾ ਆ। ਪਹਿਲਾਂ ਅਸੀਂ ਚਾਟ ਮਸਾਲਾ ਪਾ ਲਈਏ, 1 ਚਮਚ ਭਰ ਕੇ ਅਸੀਂ ਪਹਿਲਾਂ ਚਾਟ ਮਸਾਲਾ ਪਾ ਲਈਏ, ਫਿਰ ਅਸੀਂ ਨਮਕ ਪਾਵਾਂਗੇ। 1 ਚਮਚ ਅਸੀਂ ਚਾਟ ਮਸਾਲਾ ਪਾਉਣ ਤੋਂ ਬਾਅਦ ਅਸੀਂ ਨਮਕ ਪਾ ਲਾਂਗੇ, ਹਾਫ ਚਮਚ ਦੇ ਕਰੀਬ ਹੀ ਅਸੀਂ ਨਮਕ ਪਾ ਲਾਂਗੇ, ਤੁਸੀਂ ਇੱਥੇ ਕਾਲਾ ਨਮਕ ਵੀ ਯੂਜ਼ ਕਰ ਸਕਦੇ ਹਾਂ। ਹਾਂਜੀ, ਅੱਛੀ ਤਰ੍ਹਾਂ ਪਹਿਲਾਂ ਮਿਕਸ ਕਰ ਲਾਂਗੇ ਆਪਾਂ, ਤਾਂ ਕਿ ਅੱਛੀ ਤਰ੍ਹਾਂ ਜਿਹੜਾ ਅਸੀਂ ਮਸਾਲਾ ਨਮਕ ਪਾਇਆ ਹੈਗਾ ਆ ਉਹ ਚਾਟ ਮਸਾਲਾ ਵਗੈਰਾ ਸਾਰਾ ਕੋਟ ਹੋ ਜਾਵੇ। ਇਹ ਜਿਹੜਾ ਅਚਾਰ ਆ ਬਹੁਤ ਵਧੀਆ ਹੁੰਦਾ ਆ, ਅੰਬੀਆਂ ਦਾ ਸੀਜ਼ਨ ਹੈ ਔਰ ਅਚਾਰ ਜਿਹੜਾ ਅਸੀਂ ਇਹ ਇੰਸਟੈਂਟ ਅਚਾਰ ਜਿਹੜਾ ਬਣਾ ਕੇ ਖਾ ਸਕਦੇ ਹਾਂ। ਤੁਸੀਂ ਪਲਾਸਟਿਕ ਦਾ ਕੰਟੇਨਰ ਲੈ ਸਕਦੇ ਹੋ, ਲੇਕਿਨ ਸਭ ਤੋਂ ਵਧੀਆ ਜਿਹੜਾ ਕੱਚ ਦਾ ਕੰਟੇਨਰ ਹੋਊਗਾ ਇਹਦੇ ਵਾਸਤੇ, ਕਿਉਂਕਿ ਖੱਟਾ ਹੁੰਦਾ ਹੈ ਅਚਾਰ ਅਤੇ ਇਹਨੂੰ ਕੋਈ ਹੋਰ ਕੰਟੇਨਰ ਨਹੀਂ ਠੀਕ ਰਹੂਗਾ। ਹੁਣ ਅਸੀਂ ਲਾਸਟ ਦੇ ਵਿੱਚ ਇਹਦੇ ਵਿੱਚ ਸਰ੍ਹੋਂ ਦਾ ਤੇਲ ਪਾ ਲਾਂਗੇ, ਫਿਰ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ। ਇਸ ਤਰ੍ਹਾਂ ਤੁਸੀਂ ਮਿਕਸ ਕਰਕੇ ਬਿਲਕੁਲ ਉਸੇ ਵੇਲੇ ਖਾ ਸਕਦੇ ਆ ਤੁਸੀਂ ਅਚਾਰ ਨੂੰ। ਦੇਖੋ ਲੁੱਕ ਵਾਈਜ਼ ਵੀ ਇਹ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ, ਉਨਾ ਹੀ ਖਾਣ ਵਿੱਚ ਇਹ ਟੇਸਟੀ ਹੋਊਗਾ। ਬਿਲਕੁਲ ਹੁਣੇ ਖਾਣ ਲਈ ਤਿਆਰ ਹੈ, ਖਾ ਸਕਦੇ ਹਾਂ। ਅਗਰ ਤੁਸੀਂ ਇੱਕ ਦਿਨ ਦੀ ਧੁੱਪ ਲਾਉਣੀ ਚਾਹੁੰਦੇ ਹਾਂ ਤਾਂ ਲਗਾ ਸਕਦੇ ਹਾਂ, ਵੈਸੇ ਇੰਸਟੈਂਟ ਅਚਾਰ ਜਿਹੜਾ ਬਿਲਕੁਲ ਖਾਣ ਲਈ ਰੈਡੀ ਆ। ਤੁਸੀਂ ਵੀ ਇਸ ਤਰੀਕੇ ਦੇ ਨਾਲ
ਕੱਚੀਆਂ ਅੰਬੀਆਂ ਦਾ ਜਿਹੜਾ ਅਚਾਰ ਹੈ ਸੀਜ਼ਨ ਦੇ ਮੁਤਾਬਕ ਬਣਾਓ, ਖਾਓ, ਹੈਲਦੀ ਰਹੋ। ਅਗਰ ਤੁਹਾਨੂੰ ਰੈਸਪੀ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਕੱਚੀਆਂ ਅੰਬੀਆਂ ਦਾ ਅਚਾਰ ਕਿਸ ਤਰੀਕੇ ਨਾਲ ਬਣਾਉਂਦੇ ਆ। ਥੈਂਕ ਯੂ।